ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ, ਪਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ 8 ਘੰਟੇ ਬਿਜਲੀ ਸਪਲਾਈ ਹੈ ਉਹ ਨਹੀਂ ਮੁਹੱਈਆ ਕਰਵਾਈ ਜਾ ਰਹੀ, ਤਾਂ ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਸਰਕਾਰ ਦਾ, ਪੰਜਾਬ ਦੇ ਮੁੱਖ ਮੰਤਰੀ ਦਾ, ਗੁਰਵਾਲੀ ਜਿਹੜਾ ਬਿਜਲੀ ਘਰ ਹੈ ਇਸ ਦੇ ਬਾਹਰ ਪੁਤਲਾ ਸਾੜਿਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਕਾਰਕੁਨ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ, ਅਤੇ ਵੱਖ ਵੱਖ ਮੁੱਦਿਆਂ ਦੇ ਉੱਪਰ ਨਾਲ ਹੋਰ ਵੀ ਮੰਗਾਂ ਨੇ। ਤਾਂ ਗੁਰਭਜਨ ਸਿੰਘ ਚੱਬਾ ਜਿਹੜੇ ਆਗੂ ਨੇ, ਜਥੇਬੰਦਕ ਸਕੱਤਰ ਨੇ, ਸਾਡੇ ਨਾਲ ਨੇ। ਚੱਬਾ ਸਾਹਿਬ, ਅੱਜ ਦਾ ਪੁਤਲਾ ਸਾੜਨ ਦਾ ਕਿਉਂ ਪ੍ਰੋਗਰਾਮ ਦਿੱਤਾ ਤੁਸੀਂ? ਅੱਜ ਅਸੀਂ, ਮੈਂ ਗੁਰਭਜਨ ਸਿੰਘ ਚੱਬਾ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਦਫ਼ਤਰ ਸਕੱਤਰ, ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗੁਰੂ ਵਾਲੀ ਬਿਜਲੀ ਘਰ ਜਿਹੜਾ ਅੰਮ੍ਰਿਤਸਰ ਦੇ ਸਾਹਮਣੇ ਕੋਟਮੇ ਸਿੰਘ ਇੱਥੇ GT ਰੋਡ 'ਤੇ ਪੁਤਲਾ ਸਾੜ ਕੇ ਇਹ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਵਾ ਇਹ ਪ੍ਰੋਟੈਸਟ ਕਰ ਰਹੇ ਹਾਂ, ਕਿਉਂਕਿ ਪੰਜਾਬ ਸਰਕਾਰ ਨੇ ਪੈਡੀ ਸੀਜ਼ਨ ਦੇ ਮੱਦੇਨਜ਼ਰ 10 ਤਰੀਕ ਤੋਂ ਸਾਨੂੰ ਜਿਹੜਾ ਵਾ 8 ਘੰਟੇ ਬਿਜਲੀ ਸਪਲਾਈ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਸਾਰੇ ਵਾਅਦੇ ਜਿਹੜਾ ਹਵਾ ਹਵਾਈ ਹੋ ਗਿਆ। ਅਜੇ ਬਿਜਲੀ ਸਿਰਫ ਕਿਸਾਨਾਂ ਨੂੰ ਸਿਰਫ 6 ਘੰਟੇ ਮਿਲ ਰਹੀ ਆ, 6 ਘੰਟੇ ਤੋਂ ਬਾਅਦ ਬਿਜਲੀ ਨਹੀਂ ਦੇ ਰਹੇ, ਇਸ ਕਰਕੇ ਅਸੀਂ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ। ਇਹਦੇ ਨਾਲ ਜਿਹੜਾ 9 ਤਰੀਕ ਨੂੰ ਕੇਂਦਰ ਵੱਲੋਂ ਸੂਬਿਆਂ ਨੂੰ ਜਿਹੜੀ ਆ ਉਹ ਚਿੱਠੀ ਜਾਰੀ ਕੀਤੀ ਗਈ ਆ ਕਿ ਬਿਜਲੀ ਸਬਸਿਡੀ ਜਿਹੜੀ ਆ ਉਹਨੂੰ ਖਤਮ ਕਰਕੇ ਅਤੇ ਪੂਰੀ ਤਰ੍ਹਾਂ ਜਿਹੜਾ ਵਾ ਇਹਨੂੰ ਲਾਗੂ ਕਰਕੇ ਅਤੇ ਇਹ ਜਿਹੜਾ 2020 ਬਿੱਲ ਆ ਇਹਨੂੰ ਲਾਗੂ ਕੀਤਾ ਜਾਵੇ। ਉਹਦੇ ਵਾਸਤੇ ਜਿਹੜਾ ਨੰਬਰ ਵੀ ਇਹਨਾਂ ਦਿੱਤੇ ਆ ਵੀ ਇਹ ਸੂਬੇ ਜਿਹੜੇ ਆ ਨੰਬਰ ਲੈਣਗੇ, 20% ਲੈਣਗੇ ਉਹ ਗਾਂ ਜਿਹੜਾ ਘਰੇਲੂ ਉਤਪਾਦ ਦਾ ਜਿਹੜਾ ਵਾ 0.50% ਜਿਹੜਾ ਕਰਜ਼ਾ ਲੈਣ ਵਾਸਤੇ ਜਿਹੜੀ ਇਹਨਾਂ ਮੱਦ ਰੱਖੀ ਆ। ਇਸ ਲਾਲਚ ਨਾਲ ਕਿ ਪੰਜਾਬ ਦੇ ਸੂਬੇ ਜਿਹੜੇ ਆ ਪੰਜਾਬ ਵਰਗੇ ਜਾਂ ਹੋਰ ਸੂਬੇ ਜਿੱਥੇ ਬਿਜਲੀ ਦਾ ਅਜੇ ਨਿੱਜੀਕਰਨ ਹੋਇਆ ਉਹ ਪੂਰੀ ਤਰ੍ਹਾਂ ਨੂੰ ਲਾਗੂ ਕਰ ਦੇਣ ਅਤੇ ਬਿਜਲੀ ਪ੍ਰਾਈਵੇਟ ਹੋ ਜਾਵੇ ਅਤੇ ਬਿਜਲੀ ਪ੍ਰਾਈਵੇਟ ਹੋਣ ਦੇ ਨਾਲ ਲੋਕਾਂ ਦੇ ਹੱਥਾਂ ਤੋਂ ਬਾਹਰ ਚੱਲ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਬਿਜਲੀ ਚੱਲ ਜਾਵੇ। ਉਹਨਾਂ ਨੂੰ ਇਹ ਲਾਲਚ ਦਾ ਵੀ ਤੁਸੀਂ ਘਰੇਲੂ ਉਤਪਾਦ ਦਾ 50% ਜਿਹੜਾ ਵਾਧੂ ਕਰਜ਼ਾ ਜਿਹੜਾ ਉਹ ਲੈ ਸਕਦੇ ਹੋ, ਜਿਹੜਾ 3200 ਕਰੋੜ ਰੁਪਈਏ ਦਾ ਕਰਜ਼ਾ ਜਿਹੜਾ ਬਣਦਾ ਵਾ। ਇਹੋ ਜਿਹੇ ਲਾਲਚ ਦੇ ਕੇ ਜਿਹੜਾ ਉਹ ਕਰ ਰਿਹਾ, ਜਿਹੜਾ 2020 ਬਿੱਲ ਜਿਹੜਾ ਪਹਿਲੋਂ ਬਿਨਾਂ ਲਿਆਂਦਾ ਸੈਸ਼ਨ ਦੇ ਵਿੱਚ ਨਹੀਂ ਲਿਆ ਸਕੇ, ਕਿਉਂਕਿ ਜਥੇਬੰਦੀਆਂ ਦੇ ਜਿਹੜਾ ਵਾ ਉਹ ਪੂਰੇ ਆਪਣਾ ਜਿਹੜਾ ਅੰਦੋਲਨ ਦਾ ਦਬਾਅ ਆ। ਇਸ ਕਰਕੇ ਅਸੀਂ ਹੁਣ ਵੀ ਕਹਿਣਾ ਚਾਹੁੰਦੇ ਵੀ ਇਹ ਜਿਹੜਾ 2020 ਬਿੱਲ ਆ ਇਹਨੂੰ ਕਦੀ ਵੀ ਜਿਹੜਾ ਲਾਗੂ ਨਹੀਂ ਹੋਣ ਦਿਆਂਗੇ। ਜੋ ਸਰਕਾਰ ਵੱਲੋਂ ਤਜਵੀਜ਼ਾਂ ਲਿਆਂਦੀਆਂ ਜਾ ਰਹੀਆਂ ਵੀ ਅਸੀਂ ਖੇਤੀ ਮੀਟਰਾਂ ਦੇ ਬਿੱਲ ਲਾ ਦਿਓ, ਮੀਟਰ ਲਾ ਕੇ ਬਿੱਲ ਲਾ ਦਿਓ ਅਤੇ ਪੂਰੀ ਤਰ੍ਹਾਂ ਸਬਸਿਡੀ ਖਤਮ ਕਰ ਦਿਓ, ਇਹ ਬਿਲਕੁਲ ਸਰਕਾਰ ਦੀ ਤਜਵੀਜ਼ ਜਿਹੜੀ ਆ ਕਦੇ ਵੀ ਅਸੀਂ ਜਿਹੜੀ ਆ ਉਹ ਪੂਰੀ ਜਿਹੜੀ ਆ ਨਹੀਂ ਹੋਣ ਦਿਆਂਗੇ। ਚੱਬਾ ਸਾਹਿਬ, ਤੁਹਾਡੀ ਮੀਟਿੰਗ ਹੋਈ ਸੀ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਨਾਲ ਵੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ, ਤਾਂ ਕੀ ਉਦੋਂ ਤੁਹਾਡੇ ਨਾਲ ਕੀ ਗੱਲ ਕੀਤੀ? 8 ਘੰਟੇ ਬਿਜਲੀ ਜਿਹੜੀ ਸੀ ਤੁਹਾਨੂੰ ਦੇਣ ਦੀ ਗੱਲ ਕਹੀ ਗਈ ਸੀ, ਦੁਹਰਾਈ ਗਈ ਸੀ, ਨਹੀਂ ਮਿਲ ਰਹੀ, ਤੇ ਕਿੰਨੀ ਇਸ ਦੇ ਨਾਲ ਜਿਹੜੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ ਤੁਹਾਡੀ? ਬਿਲਕੁਲ, ਅਸੀਂ ਚੀਫ ਬਾਰਡਰ ਜ਼ੋਨ ਦੇ ਨਾਲ ਵੀ ਮੀਟਿੰਗ ਕਰਕੇ ਮੰਗ ਪੱਤਰ ਦੇ ਕੇ ਆਏ ਸੀ, ਉਹਨਾਂ ਪੂਰਾ ਭਰੋਸਾ ਦਿੱਤਾ ਸੀ, ਉੱਪਰੋਂ ਵੀ ਸਰਕਾਰ ਵੱਲੋਂ ਭਰੋਸਾ ਆ ਰਿਹਾ ਵੀ 8 ਘੰਟੇ ਬਿਜਲੀ ਸਪਲਾਈ ਇਹ ਦਿੱਤੀ ਜਾਊਗੀ, ਅਸੀਂ 16 ਘੰਟੇ ਦੀ ਵੀ ਮੰਗ ਕਰਦੇ ਹਾਂ, ਪਰ ਅਜੇ ਜਿਹੜੀ ਆ 6 ਘੰਟੇ ਤੋਂ ਵੱਧ ਕਿਤੇ ਵੀ ਨਹੀਂ ਦਿੱਤੀ ਜਾ ਰਹੀ। ਇਹਦੇ ਨਾਲ ਸਾਡੀ ਜਿਹੜੀ ਝੋਨੇ ਦੀ ਬਿਜਾਈ ਆ ਜਿਹੜੀ ਆ ਪ੍ਰਭਾਵਿਤ ਬਹੁਤ ਜ਼ਿਆਦਾ ਹੋ ਰਹੀ ਆ, ਲੇਟ ਹੋ ਰਹੀ ਆ, ਫਿਰ ਹੌਲੀ ਹੌਲੀ ਜਿਹੜੀ ਆ ਮਜ਼ਦੂਰਾਂ ਦੀ ਜਿਹੜੀ ਆ ਸਾਨੂੰ ਘਾਟ ਮਹਿਸੂਸ ਹੋਊਗੀ, ਕਿਉਂਕਿ ਜਦੋਂ ਇੱਕਦਮ ਜ਼ੋਰ ਪਊਗਾ ਤਾਂ ਫਿਰ ਉਹਦੇ ਨਾਲ ਜਿਹੜਾ ਬਹੁਤ ਵੱਡਾ ਜਿਹੜਾ ਇਹਤੇ ਅਸਰ ਪੈਂਦਾ, ਸਾਨੂੰ ਲੇਬਰ ਨਹੀਂ ਲੱਭਦੀ, ਇਹ ਜਿਵੇਂ ਜਿਵੇਂ ਲੇਟ ਹੋਊਗੀ ਫਿਰ ਝੋਨੇ ਦੀ ਕਟਾਈ 'ਤੇ ਵੀ ਅਸਰ ਪਊਗਾ, ਇਹਦੀ ਨਮੀ ਦੇ ਵਿੱਚ ਆਊਗਾ, ਇਹ ਲਗਾਤਾਰ ਸਾਡੀ ਜਿਹੜੀਆਂ ਜੇਬਾਂ 'ਤੇ ਜਿਹੜਾ ਡਾਕਾ ਵੱਜੂਗਾ, ਸਾਡੀ ਲੁੱਟ ਹੋਊਗੀ ਮੰਡੀਆਂ ਦੇ। ਲੱਗਦਾ ਤੁਹਾਨੂੰ ਇਹ ਕੋਈ ਅਚਨਚੇਤ ਹੋ ਰਿਹਾ, ਸਾਜਿਸ਼ਨ ਹੋ ਰਿਹਾ ਕਿ ਜਾਣ ਬੁੱਝ ਕੇ ਕੀਤਾ ਜਾ ਰਿਹਾ? ਬਿਲਕੁਲ, ਇਹ ਸਾਜਿਸ਼ਾਂ ਹੈ, ਗਿਣੀ ਮਿਣੀ ਮਿੱਥੀ ਸਾਜਿਸ਼ ਆ, ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਪੰਜਾਬ ਦਾ ਕਿਸਾਨ ਜਿਹੜਾ ਉਹ ਖੁਸ਼ਹਾਲ ਹੋਵੇ, ਪੰਜਾਬ ਦਾ ਕਿਸਾਨ ਆਪਣੇ ਆਪ 'ਤੇ ਨਿਰਭਰ ਹੋਵੇ, ਉਹਦੀ ਖੇਤੀ ਜਿਹੜੀ ਆ ਬਚੀ ਰਹੇ, ਖੇਤੀ ਕਿਤੇ ਨੂੰ ਤਬਾਹ ਕਰਕੇ ਪੂਰੀ ਤਰ੍ਹਾਂ ਅਡਾਨੀਆਂ ਅਬਾਨੀਆਂ ਦੇ ਹੱਥਾਂ ਦੇ ਵਿੱਚ ਦੇਣ ਵਾਸਤੇ ਇਹੋ ਜਿਹੀਆਂ ਛਾਛਾਂ ਘੜੀਆਂ ਜਾ ਰਹੀਆਂ ਵੀ ਆਪਣੇ ਆਪ ਜਿਹੜਾ ਵਾ ਕਿਸਾਨੀ ਦਾ ਜਿਹੜਾ ਵਾ ਖੇਤੀਬਾੜੀ ਤੋਂ ਮੋਹ ਭੰਗ ਹੋ ਜਾਵੇ ਅਤੇ ਕਿਸਾਨੀ ਜਿਹੜੀ ਆ ਪੂਰੀ ਤਰ੍ਹਾਂ ਖੇਤੀ ਤੋਂ ਬਾਹਰ ਹੋ ਜਾਵੇ। ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀਆਂ ਜਥੇਬੰਦੀਆਂ ਲੜਾਈ ਲੜ ਰਹੀਆਂ ਆ, ਉਹਨਾਂ ਦੇ ਅੱਗੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਲਗਾਤਾਰ ਆ ਰਹੀਆਂ, ਤਾਂ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਆ, ਹੁਣ ਤਾਂ ਸਰਕਾਰ ਵੱਲੋਂ ਕੋਈ ਗੱਲਬਾਤ ਦੀ ਕੋਈ ਆਪਸ਼ਨ ਨਹੀਂ, ਜਿਹੜਾ ਖੇਤੀ ਮੰਤਰੀ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਰੱਦ ਨਹੀਂ ਕਰ ਸਕਦੇ, ਤਾਂ ਕੀ ਉਸ ਅੰਦੋਲਨ ਬਾਰੇ, ਉਹ ਅੰਦੋਲਨ ਕਿਵੇਂ ਆ ਅਤੇ ਇਸ ਨੂੰ ਉਸ ਨਾਲ ਕਿਵੇਂ ਜੋੜ ਕੇ ਦੇ? ਦੇਖੋ ਜੀ, ਉਹ ਦਿੱਲੀ ਅੰਦੋਲਨ ਜਿਹੜਾ ਸਾਡਾ ਚੱਲ ਰਿਹਾ ਲਗਾਤਾਰ ਆ 7ਵੇਂ ਮਹੀਨੇ ਦੇ ਵਿੱਚ ਉਹ ਜਾ ਰਿਹਾ ਵਾ ਅਤੇ ਲਗਾਤਾਰ ਅੰਦੋਲਨ ਵਧੀਆ ਤਰੀਕੇ ਨਾਲ ਚੱਲ ਰਿਹਾ ਵਾ, ਉਹ ਘੋਲ ਸਾਡਾ ਮੱਠਾ ਪੈਣ ਵਾਲਾ ਨਹੀਂ ਆ। ਸਰਕਾਰਾਂ ਜਿਹੜੀਆਂ ਵਾ ਗੱਲਬਾਤ ਤੋਂ ਭੱਜ ਕੇ ਕਿਸਾਨਾਂ ਨੂੰ ਅਕਾਉਣਾ ਅਤੇ ਥਕਾਉਣਾ ਚਾਹੁੰਦੀਆਂ ਵੀ ਕਿਸੇ ਤਰੀਕੇ ਜਿਹੜਾ ਵਾ ਕਿਸਾਨ ਆਪਣਾ ਅੰਦੋਲਨ ਜਿਹੜਾ ਵਾ ਛੱਡ ਦੇਣ, ਪਰ ਇਹ ਸਾਡਾ ਅੰਦੋਲਨ ਕਦੇ ਵੀ ਮੱਠਾ ਨਹੀਂ ਹੋਵੇ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ।
ਇਹ ਸਾਡਾ ਅੰਦੋਲਨ ਦਿਨ ਪ੍ਰਤੀ ਦਿਨ ਵਧੂਗਾ ਹੋਰ ਤੇਜ਼ ਤੇ ਤਿੱਖਾ ਹੋਊਗਾ ਕਦੀ ਵੀ ਇਹਨੂੰ ਅਸੀਂ ਮੱਠਾ ਜਿਹੜਾ ਨਹੀਂ ਪੈਣ ਦਾਂਗੇ ਸਰਕਾਰਾਂ ਗੱਲਬਾਤ ਤੋਂ ਭੱਜਦੀਆਂ ਦੀਆਂ ਲਗਾਤਾਰ ਇਹੋ ਜਿਹੇ ਬਿਆਨ ਦੇ ਕੇ ਤੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਜਿਹੜੀਆਂ ਇਹੋ ਜਿਹੇ ਬਿਆਨ ਦੇ ਕੇ ਤੇ ਲੋਕਾਂ ਦਾ ਮਨੋਬਲ ਡੇਗਣ ਦੀ ਜਿਹੜੀ ਆ ਉਹ ਨੀਤੀ ਅਪਣਾਉਂਦੀਆਂ ਜਿਹੜਾ ਬਿਜਲੀ ਸੋਧ ਬਿੱਲ 2020 ਤੇ ਭਾਵੇਂ ਸਰਕਾਰ ਅਜੇ ਨਹੀਂ ਲਿਆ ਪਾਈ ਸੈਸ਼ਨ ਦੇ ਵਿੱਚ ਪਰ ਤੁਹਾਨੂੰ ਲੱਗਦਾ ਕਿ ਤਿਆਰੀ ਆ ਸਰਕਾਰ ਦੀ ਇੱਕ ਪਾਸੇ ਜਿਹੜੇ ਖੇਤੀ ਕਾਨੂੰਨ ਉਹਨਾਂ ਦਾ ਅੰਦੋਲਨ ਤੁਸੀਂ ਲੜ ਰਹੇ ਹੋ ਬਿਲਕੁਲ ਜੀ ਭਾਵੇਂ ਇੱਕ ਵਾਰੀ ਸਰਕਾਰ ਇਹਨੂੰ ਅੰਦੋਲਨ ਦੇ ਦਬਾਅ 'ਚ ਪਿੱਛੇ ਲਿਜਾਣ ਵਾਸਤੇ ਮਜਬੂਰ ਹੋਈ ਆ ਪਰ ਲੁਕੇ ਛਕੇ ਢੰਗ ਦੇ ਨਾਲ ਜਿਹੜਾ ਵਾ ਖੇਤੀ ਤੇ ਹੰਬਲਾ ਵਾ ਜਿਸ ਤਰ੍ਹਾਂ ਸੂਬਿਆਂ ਨੂੰ 9 ਤਰੀਕ ਨੂੰ ਚਿੱਠੀ ਜਾਰੀ ਕੀਤੀ ਆ ਚਿੱਠੀ ਜਾਰੀ ਕਰਕੇ ਤੇ ਇਹਨਾਂ ਨੂੰ ਕਿਹਾ ਵੀ ਸੂਬੇ ਜਿਹੜੇ ਆ ਇਹਨੂੰ ਲਾਗੂ ਕਰਨ ਪੂਰੀ ਤਰ੍ਹਾਂ ਜਿਹੜਾ ਵਾ ਸਬਸਿਡੀ ਚੁੱਕੀ ਜਾਵੇ ਤੇ ਬੰਬੀਆਂ ਦੇ ਉੱਤੇ ਜਿਹੜਾ ਵਾ ਖੇਤੀ ਮੋਟਰਾਂ ਉਹਦੇ ਬਿੱਲ ਵੀ ਲਾਏ ਜਾਣ ਤੇ ਜੇ ਸੂਬੇ ਸ਼ਰਤਾਂ ਜਿਹੜੀਆਂ ਮੰਨ ਲੈਣਗੇ ਤੇ ਉਹਨਾਂ ਨੂੰ ਕਰਜ਼ਾ ਜਿਹੜਾ ਵਾਧੂ ਜਿਹੜਾ 50% ਉਹ ਮਿਲ ਸਕੂਗਾ ਇਹੋ ਜਿਹੀਆਂ ਸ਼ਰਤਾਂ ਲਾ ਕੇ ਇਹ ਲਾਗੂ ਕਰਾਉਣਾ ਚਾਹੀਦੀਆਂ ਜਿਹਨੂੰ ਅਸੀਂ ਕਾਮਯਾਬ ਜਿਹੜਾ ਵਾ ਨਹੀਂ ਹੁੰਦੇ ਮਤਲਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਮੇਸ਼ਾ ਦਾਅਵਾ ਕਰਦੀ ਖੇਤੀ ਕਾਨੂੰਨਾਂ ਜਿਵੇਂ ਉਹਨਾਂ ਨੇ ਕਿਹਾ ਸੀ ਤੁਹਾਡਾ ਸਾਥ ਦਿੱਤਾ ਤਾਂ ਹੁਣ ਇਸ ਜਿਹੜੀ ਆ ਹੁਣ ਬਿਜਲੀ 8 ਘੰਟੇ ਕਿਉਂ ਨਹੀਂ ਸਾਥ ਦੇ ਰਹੇ ਤੁਸੀਂ ਕੋਈ ਉਹਨਾਂ ਨੂੰ ਭੇਜਿਆ ਲੈਟਰ ਪੱਤਰ ਭੇਜਿਆ ਕੋਈ ਵੇਖੋ ਜੀ ਸਾਡੀਆਂ ਮੀਟਿੰਗਾਂ ਵੀ ਲਗਾਤਾਰ ਹੁੰਦੀਆਂ ਚੀਫ ਬਾਰਡਰ ਜ਼ੋਨ ਦੇ ਰਾਹੀਂ ਵੀ ਸਾਰਾ ਕੁਝ ਗੱਲ ਤਾਂ ਤੱਕ ਜਾਂਦੀ ਆ ਪਰ ਸਰਕਾਰਾਂ ਹਮੇਸ਼ਾ ਹੀ ਜਿਹੜਾ ਵਾ ਕਹਿਣੀ ਤੇ ਕਰਨੀ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਵਾ ਜਦੋਂ ਇਹ ਕਹਿਣਗੀਆਂ ਕੁਛ ਤੇ ਕਰਨਗੀਆਂ ਕੁਛ ਪੂਰਾ ਨਹੀਂ ਦਿਆ ਇਸ ਕਰਕੇ ਇਹਦੀ ਨੀਤੀ ਪਾਲਿਸੀ ਆ ਵੀ ਕਿਵੇਂ ਨਾ ਕਿਵੇਂ ਖੇਤੀ ਜਿਹੜੀ ਆ ਇਹਨੂੰ ਜਿਹੜਾ ਵਾ ਪੂਰੀ ਤਰ੍ਹਾਂ ਜਿਹੜਾ ਵਾ ਡਾਨੀਆਂ ਬਾਨੀਆਂ ਦੇ ਹੱਕ ਦੇ ਹੱਥ ਦੇ ਵਿੱਚ ਦਿੱਤਾ ਜਾਵੇ ਇਹ ਕਰਕੇ ਉਹ ਜਿਹੀਆਂ ਨੀਤੀਆਂ ਜਿਹੜੀਆਂ ਕਹਿ ਕੁਛ ਦਿੰਦੀਆਂ ਪਰ ਪੂਰਾ ਅਜੇ ਤੱਕ ਜਿਹੜਾ ਵਾ ਇਹ ਬਿਜਲੀ ਜਿਹੜੀ 8 ਘੰਟੇ ਦੇਣ ਦੇ ਵਿੱਚ ਸਮਰੱਥ ਹੀ ਨਹੀਂ ਕੈਪਟਨ ਸਰਕਾਰ ਮਤਲਬ ਕਿਸ ਕਿ ਅੱਜ ਕਿੰਨਾ ਥਾਵਾਂ ਤੇ ਪ੍ਰਦਰਸ਼ਨ ਕਿੰਨੀਆਂ ਜਗ੍ਹਾ ਤੇ ਹੋ ਰਿਹਾ ਤੁਹਾਡਾ ਅੱਜ ਅਸੀਂ ਲਗਭਗ ਦੇਖੀਏ ਹੋਰ ਵੀ ਥਾਵਾਂ ਤੇ ਹੋਊਗਾ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਸੀਂ ਪ੍ਰੋਟੈਸਟ ਜਿਹੜੇ ਵਾ ਕੈਪਟਨ ਸਰਕਾਰ ਦੇ ਖਿਲਾਫ ਕਰਾਂਗੇ ਖਿੱਤੇ ਦੇ ਵਿੱਚ ਜਿਹੜੀ ਬਿਜਲੀ 6 ਘੰਟੇ ਆ ਰਹੀ ਆ ਪੂਰੀ ਨਹੀਂ ਆ ਰਹੀ ਅੱਜ ਤੇ ਜੋ ਸਾਡਾ ਪੰਜਾਬ ਦੇ ਵਿੱਚ ਲਗਭਗ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਾਂ ਅਸੀਂ ਜਿਹੜੀ ਪੂਰੀ ਪਤਾ ਕੀਤਾ ਜੇ 5 ਤੋਂ 6 ਘੰਟੇ ਬਿਜਲੀ ਆ ਰਹੀ ਹੈ ਜਿਹੜੀ 8 ਘੰਟੇ ਕਿਤੇ ਵੀ ਪੂਰੀ ਨਹੀਂ ਆ ਰਹੀ ਤਾਂ ਜੇ ਇਸੇ ਤਰ੍ਹਾਂ ਹੀ 5-6 ਘੰਟੇ ਰਹੀ ਤੇ ਘੰਟੇ ਬਿਜਲੀ ਰਹੀ ਤਾਂ ਤੁਸੀਂ ਕਿਹਾ ਬਿਜਾਈ ਪ੍ਰਭਾਵਿਤ ਹੋਊਗੀ ਤੇ ਫਿਰ ਅੰਦੋਲਨ ਵੀ ਕਿਸਾਨ ਤਿੱਖਾ ਕਰ ਸਕਦੇ ਬਿਲਕੁਲ ਜੀ ਜਿਵੇਂ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਜਿਹੜਾ ਵਾ ਅੰਦੋਲਨ ਜਿਹੜਾ ਵਾ ਤਿੱਖਾ ਕਰ ਸਕਦੇ ਤੇਜ਼ ਕਰ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਅਧਿਕਾਰੀਆਂ ਨਾਲ ਰੀਸੈਂਟਲੀ ਗੱਲ ਹੋਈ ਤੁਹਾਡੀ ਕੋਈ ਕੀ ਉਹਨਾਂ ਨੇ ਤੁਹਾਨੂੰ ਕੁਝ ਜਵਾਬ ਦਿੱਤਾ ਕਿ ਕੀ ਕਰ ਰਹੇ ਨੇ ਵੇਖੋ ਅਸੀਂ ਮੰਗ ਪੱਤਰ ਦੇ ਕੇ ਆਏ ਆ ਚੀਫ ਸਾਹਿਬ ਨੂੰ ਉਹਨਾਂ ਕਿਹਾ ਅਸੀਂ ਪੂਰੀ ਤਰ੍ਹਾਂ ਹੀ ਪ੍ਰਬੰਧ ਕਰਾਂਗੇ ਤੁਹਾਡੀਆਂ ਮੰਗਾਂ 'ਤੇ ਧਿਆਨ ਦੇਵਾਂਗੇ ਹਰ ਇੱਕ ਜਿਹੜੀ ਆ ਮੰਗ ਲਾਗੂ ਕਰਾਂਗੇ ਪਰ ਬਿਜਲੀ ਵੀ ਜਿਹੜੀ ਆ ਉਹਦੀ ਬਹਾਲ ਰੱਖਾਂਗੇ ਸੁਚੱਜੇ ਢੰਗ ਨਾਲ ਪਰ ਅਜੇ ਤੱਕ ਜਿਹੜੀ 5-6 ਘੰਟੇ ਤੋਂ ਵੱਧ ਬਿਜਲੀ ਨਹੀਂ ਆ ਸਕੀ ਧੰਨਵਾਦ ਜੀ ਤਾਂ ਇਹ ਸਨ ਗੁਰਬਚਨ ਸਿੰਘ ਚੱਬਾ ਦਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਕਾਰਕੁਨ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤਾਂ 8 ਘੰਟੇ ਬਿਜਲੀ ਦੇਣ ਸਪਲਾਈ ਦੇਣ ਦੀ ਗੱਲ ਕਹੀ ਗਈ ਸੀਗੀ ਝੋਨੇ ਦੀ ਬਿਜਾਈ ਤੋਂ ਪਹਿਲਾਂ ਤਾਂ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ 5 ਤੋਂ 6 ਘੰਟੇ ਮਿਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਸ ਕਾਰਨ ਜਿੱਥੇ ਬਿਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਫਿਰ ਮਜ਼ਦੂਰਾਂ ਦੀ ਘਾਟ ਵੀ ਹੋ ਜਾਏਗੀ ਤਾਂ ਕਿਉਂਕਿ ਜਦੋਂ ਇੱਕਦਮ ਕੰਮ ਦਾ ਬੋਝ ਪਏਗਾ ਤਾਂ ਇਸ ਨੂੰ ਦੇਖਦੇ ਹੋਏ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਜਿਹੜਾ ਗੁਰਵਾਲੀ ਬਿਜਲੀ ਘਰ ਹੈ ਇਸ ਦੇ ਬਾਹਰ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ ਜਾ ਰਿਹਾ ਇਸ ਤੋਂ ਪਹਿਲਾਂ ਜਿਹੜੇ ਅਧਿਕਾਰੀ ਨੇ ਬਿਜਲੀ ਬੋਰਡ ਦੇ ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਮੈਮੋਰੈਂਡਮ ਦਿੱਤਾ ਸੀ ਤੇ ਅਗਲੇ ਦਿਨਾਂ ਦੇ ਵਿੱਚ ਜੇਕਰ ਬਿਜਲੀ ਸਪਲਾਈ ਲਗਾਤਾਰ 8 ਘੰਟੇ ਨਾ ਮਿਲੀ ਤਾਂ ਇਹ ਪ੍ਰਦਰਸ਼ਨ ਹੋਰ ਤਿੱਖਾ ਹੋ ਸਕਦਾ ਹੈ ਨਾਲ ਹੀ ਬਿਜਲੀ ਸੋਧ ਬਿੱਲ 2020 ਜਿਸ ਨੂੰ ਸਰਕਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦੇ ਖਿਲਾਫ ਵੀ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ABP ਸਾਂਝਾ ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਅੱਜ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਨ ਇਹ ਹੈ ਕਿ 8 ਘੰਟੇ ਬਿਜਲੀ ਦੇਣ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਤੇ ਕਿਸਾਨਾਂ ਦਾ ਦੋਸ਼ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਜਿਹੜੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਤਾਂ ਇਸ ਕਰਕੇ ਗੁਰਵਾਲੀ ਜਿਹੜਾ ਬਿਜਲੀ ਘਰ ਹੈ ਇਹ ਤੇ ਕਿਸਾਨ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਪੁਤਲਾ ਸਾੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਪੁਤਲੇ ਤੇ ਲੱਗੀ ਹੋਈ ਹੈ ਤੇ ਬਕਾਇਦਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਦੇ ਵਿੱਚ ਇਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 8 ਘੰਟੇ ਬਿਜਲੀ ਦੇਣ ਦੀ ਸਾਨੂੰ ਗੱਲ ਕਹੀ ਸੀਗੀ ਕਿ ਝੋਨੇ ਦੀ ਬਿਜਾਈ ਸ਼ੁਰੂ ਹੋ ਰਹੀ ਹੈ ਸਾਨੂੰ 8 ਘੰਟੇ ਜਿਹੜੀ ਬਿਜਲੀ ਆ ਉਹ ਨਹੀਂ ਮਿਲ ਰਹੀ ਕਿਉਂਕਿ 6 ਘੰਟੇ ਜਿਹੜੀ ਬਿਜਲੀ ਹੈ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਕਰਕੇ ਝੋਨੇ ਦੀ ਬਿਜਾਈ ਜਿਹੜੀ ਹੈ ਦੇਰੀ ਹੋ ਰਹੀ ਹੈ 10 ਤਰੀਕ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਬਿਜਾਈ ਸੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਕਿਸਾਨ ਜਿਹੜੇ ਲਗਾਤਾਰ ਕਹਿ ਰਹੇ ਨੇ ਕਿ ਮੋਟਰਾਂ ਦੀ ਜਿਹੜੀ ਬਿਜਲੀ 8 ਘੰਟੇ ਸੀਗੀ ਸਾਨੂੰ ਪੂਰੀ ਮਿਲੇ ਸਰ ਕਿਸਾਨਾਂ ਦੀ 8 ਘੰਟੇ 16 ਘੰਟੇ ਦੀ ਵੀ ਮੰਗ ਰਹੀ ਹੈ ਕਿ ਉਹਨਾਂ ਨੂੰ 16 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ ਪਰ ਸਰਕਾਰ ਨੇ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਵੀ
सरकार कितने ना कितने किसानों को खराब करना चाहती है और जिन्नी झोने की बिजाई लेट होगी इसका झाड़ के उत्ते असर होगा तो इस किसानों वित्तीय तौर पर नुकसान होगा। तो अचानक जिमें जेकर बिजली 6 घंटे ही मिलती रही तो जो एकदम अचानक बिजाई का लोड वधेगा तो मजदूर की कमी होगी। करोना कारण जी बिजली की सप्लाई है 6 घंटे मिलने करके वैसे मजदूर की जी घाट है तो जेकर होर ज़्यादा हालात बेकाबू हो बिजली जी है बिजली ना बिजली इस तरह आती रही तो किसानों जोड़ा वह बिजाई के बहुत ज़्यादा नुकसान होगा। जिनी देरी होगी तो जिहे जे किसान ने सरवण सिंह भंधेर की अगवाई के चीफ इंजीनियर जोड़े बॉर्डर जाते हैं बिजली बोर्ड के उन्होंने भी मिले थे बॉर्डर जाते पर उन्होंने कहना है कि सरकार वालों उन्होंने जो वादा किया उसको पूरा नहीं किया गया जिस करके अज किसान वालों प्रदर्शन किया जा रहा है। कैमरा पर्सन सिकंदर के नाल गगनदीप शर्मा एबीपी सांझा अमृतसर। एबीपी सांझा जोश जज्बा जुनून।